ਮੈਂ ਕੈਪਟਨ ਅਮਰਿੰਦਰ ਸਿੰਘ ਬੋਲ ਰਿਹਾ ਹਾਂ ਕੁਝ ਦਿਨਾਂ ਤੋਂ ਕਈ ਪਿੰਡਾਂ ਦੇ ਵਿੱਚ ਔਰ ਹੋਰ ਜਗ੍ਹਾਵਾਂ ਦੇ ਵਿੱਚ ਵੀ ਇਹ ਜਿਹੜੇ ਸਾਡੇ ਡਾਕਟਰ ਜਾਂਦੇ ਨੇ ਉਹਨਾਂ ਦੀ ਵਿਰੋਧਤਾ ਹੋ ਰਹੀ ਹੈ ਦੇਖੋ ਜਦੋਂ ਜਾਣਾ ਚਾਹੁੰਦੇ ਡਾਕਟਰਾਂ ਕੋਲ ਜਦੋਂ ਟੈਸਟ ਉਹਨੂੰ ਦੱਸੂਗਾ ਕਿ ਤੁਹਾਨੂੰ ਬਿਮਾਰੀ ਆ ਜਾਂ ਨਹੀਂ ਕੋਈ ਨਹੀਂ ਜਾ ਰਿਹਾ ਕਿਉਂਕਿ ਕੋਈ ਟੈਸਟ ਨਹੀਂ ਕਰਾ ਰਿਹਾ ਕਹਿ ਕੇ ਕਿ ਤਾਂ ਮੌਸਮ ਬਦਲ ਨਹੀਂ ਆਇਆ ਜਾਂ بارش ਪੈ ਗਈ ਜਾਂ ਮੇਰੀ ਪਿੱਠ ਡੁਕਰੀ ਹੈ ਠੀਕ ਹੋ ਜਾ ਫਿਰ ਜਦੋਂ ਤੁਸੀਂ ਹਸਪੀਟਲ ਤੇ ਜਾਂਦੇ ਉਦੋਂ ਬਿਮਾਰੀ ਵੱਡੀ ਹੁੰਦੀ ਹੈ ਫਿਰ ਕਾਬੂch ਨਹੀਂ ਆਉਂਦੀ ਜਿਨ੍ਹਾਂ ਨੂੰ ਥੋੜਾ ਜਿਹਾ ਪੋਜ਼ਿਟਿਵ ਵੀ ਹੋ ਜਾਓ ਤੁਸੀਂ ਪਹਿਲੀ ਪਹਿਲੇ ਟੈਸਟ ਦੇ ਵਿੱਚ ਤੁਹਾਨੂੰ ਹਸਪੀਟਲ ਨਹੀਂ ਲੈ ਕੇ ਜਾਣਗੇ ਤੁਹਾਨੂੰ ਘਰ ਭੇਜ ਦੇਣਗੇ ਕਿ ਤੁਸੀਂ ਘਰ ਜਾ ਕੇ ਰੈਸਟ ਕਰੋ আর ਆ ਦਵਾਈਆਂ ਨੇ ਇਹ ਦਵਾਈਆਂ ਤੁਸੀਂ ਜਾ ਕੇ ਖਾਓ ਇੰਨਾ ਤਾਂ ਆਪਾਂ ਕਰ ਸਕਦੇ ਆ ਆਪਣੀ ਜਾਨਾਂ ਬਚਾਉਣ ਵਾਸਤੇ ਅਗਰ ਕਰ ਸਕਦੇ ਆ ਤਾਂ ਕਰੋ ਇਹ ਆਪਣਾ ਫਰਜ਼ ਬਣਦਾ ਹੈ ਆਪਣੇ ਪੰਜਾਬ ਨੂੰ আর ਆਪਣੇ ਬੱਚਿਆਂ ਨੂੰ আর ਆਪਣੇ ਦੋਸਤਾਂ ਨੂੰ ਗੋਆਂਢੀਆਂ ਨੂੰ ਕਿ ਅਸੀਂ ਉਹਨਾਂ ਦੇ ਲਈ ਇਹ ਕਰੀਏ ਪੰਜਾਬ ਸਰਕਾਰ ਵੱਲੋਂ ਜਨਹਿਤਵਿਤ ਜਾਰੀ ਤਾਜ਼ਾ ਅਪਡੇਟਸ ਵਾ ਬੜੀ ਖਬਰੋ ਕੇ ਲੀ ਸਬਸਕ੍ਰਾਈਬ ਕਰੇ ਅਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਣਾ ਨਾ ਭੂਲੇ